Dernier. Watch out. ਪੰਜਾਬੀ ਸੰਗੀਤ ਜਗਤ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਲੋਕਾਂ 'ਚ ਵੀ ਇਹ ਜਗਤ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਚਰਚਾ ਦਾ ਵਿਸ਼ਾ ਬਣਿਆ ਹੈ ਪੰਜਾਬੀ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਇੱਕ ਸ਼ੋਅ। ਜੀ ਹਾਂ, ਜਲੰਧਰ 'ਚ ਹੋਏ ਇੱਕ ਸ਼ੋਅ ਦੌਰਾਨ ਲੋਕਾਂ 'ਚ ਭੱਜ ਦੌੜ ਦਾ ਮਾਹੌਲ ਬਣ ਗਿਆ। ਇਸ ਭੱਜ ਦੌੜ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ, ਜਿਸ 'ਚ ਕਈ ਲੋਕਾਂ ਦੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਪਰਾਗਪੁਰ ਨੇੜੇ ਪੈਂਦੇ ਪਿੰਡ ਰਾਏਪੁਰ ਕੋਲ ਹੋ ਰਿਹਾ ਸੀ। ਇਸ ਸਾਰੇ ਸ਼ੋਅ 'ਚ ਸੁਰੱਖਿਆ ਪ੍ਰਬੰਧ ਕਾਰਵਾਈ ਥਾਣਾ ਸਦਰ ਕਰ ਰਿਹਾ ਸੀ। ਇਸ ਪੂਰੇ ਮਾਮਲੇ 'ਚ ਪੁਲਿਸ ਦੇ DCP ਗੁਰਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਬੱਬੂ ਮਾਨ ਦੇ ਸ਼ੋਅ ਦੌਰਾਨ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ। ਨਾਲ ਹੀ ਉਸ ਵੇਲੇ ਤੱਕ ਬੱਬੂ ਮਾਨ ਦੇ ਸ਼ੋਅ ਦੀ ਟਾਈਮਿੰਗਸ ਵੀ ਖਤਮ ਹੋ ਚੁੱਕੀਆਂ ਸਨ, ਜਿਸ ਕਾਰਨ ਭੜਕੀ ਭੀੜ ਨੂੰ ਸ਼ਾਂਤ ਕਰਨ ਦੇ ਲਈ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਸੀ। ਕੱਲ ਜਦੋਂ ਬੱਬੂ ਮਾਨ ਦਾ ਸ਼ੋਅ ਚੱਲ ਰਿਹਾ ਸੀ ਰਾਏਪੁਰ ਪਿੰਡ ਦੇ ਵਿੱਚ, ਉਹਦੇ 'ਚ ਜਿਹੜੇ ਫਰੰਟ ਸਾਈਡ ਦੇ ਬੰਦੇ ਜਿਹੜੇ ਸੀਗੇ, ਕਰਾਊਡ ਬੈਠੀ ਸੀਗੀ, ਉਹ ਜ਼ਿਆਦਾ ਉਤਸ਼ਾਹਿਤ ਕਰ ਰਹੀ ਸੀਗੀ ਵੀ ਤੁਸੀਂ ਹੋਰ ਗੀਤ ਗਾਓ, ਕਿਉਂ ਟਾਈਮ ਉਹਦਾ ਜਿਹੜਾ ਓਵਰ ਹੋ ਗਿਆ ਸੀਗਾ। ਉਹਦੇ ਬਾਅਦ ਜਿਹੜੇ ਪਿਛਲੇ ਸੀਗੇ, ਪਿਛਲੇ ਜ਼ਿਆਦਾ ਹੀ ਥੋੜ੍ਹੇ ਮਤਲਬ ਵੀ ਉਤਸ਼ਾਹਿਤ ਹੋ ਗਏ ਵੀ ਤੁਸੀਂ ਬੰਦ ਨਾ ਕਰੋ, ਇਹ ਹੋਰ ਗਾਓ। ਉਹ ਫਿਰ ਉਹਨਾਂ ਦੇ ਵਿੱਚ ਨਾ ਪਿੱਛੋਂ ਹੁੱਲੜਬਾਜ਼ੀ ਸ਼ੁਰੂ ਹੋ ਗਈ। ਇੱਕ ਦੋ ਬੰਦਿਆਂ ਨੇ ਸ਼ਰਾਬ ਪੀਤੀ ਸੀ, ਉਹਨਾਂ ਨੇ ਥੋੜ੍ਹਾ ਕੀਤਾ ਸੀਗਾ, ਆਪਣੇ ਮੁਲਾਜ਼ਮ ਜਿਹੜੇ ਦੋ ਉਹਨਾਂ ਦੇ ਸੱਟਾਂ ਲੱਗੀਆਂ ਵਾ, ਅਤੇ ਉਹਦੇ 'ਚ ਅਸੀਂ ਪਰਚਾ ਦਰਜ ਕਰਕੇ ਇੱਕ ਬੰਦਾ ਜਿਹੜਾ ਜ਼ਿਆਦਾ ਜਿਹੜਾ ਖਰਾਬ ਕਰਦਾ ਸੀਗਾ, ਜਿਹਨੇ ਜ਼ਿਆਦਾ ਡਿਊਟੀ 'ਚ ਵਿਕਣ ਪਾਇਆ ਜਾਂ ਇੱਥੇ ਹੁੱਲੜਬਾਜ਼ੀ ਕੀਤੀ, ਉਹ ਅਸੀਂ ਅਰੈਸਟ ਕਰ ਲਿਆ ਖਜੂਰਲੇ ਦਾ ਵਾ। ਹੁਣ ਅਸੀਂ ਜਿਹੜੀ ਦਵਾਈ ਤਫਤੀਸ਼ ਕਰ ਰਹੇ ਹਾਂ ਸਾਰਾ ਕਰਕੇ, ਆਪਾਂ ਜਿਹੜੇ ਜਿਹੜੇ ਵੀ ਆਏ ਉਹਦੇ ਵਿੱਚ ਆਈਡੈਂਟੀਫਾਈ, ਆਪਾਂ ਕਾਰਵਾਈ ਕਰਾਂਗੇ। ਜਿਹੜੀ ਮੈਨੇਜਮੈਂਟ ਨੇ ਪ੍ਰੋਗਰਾਮ ਕਰਾਇਆ ਉਹਦੇ 'ਤੇ ਵੀ ਕੋਈ ਮਾਮਲਾ ਨਹੀਂ? ਮੈਂ ਉਹਨਾਂ 'ਤੇ ਨਹੀਂ ਅਜੇ ਤੱਕ, ਕਿਉਂ ਇਹ ਮੈਨੇਜਮੈਂਟ ਨੇ ਨਹੀਂ, ਇਹ ਪਬਲਿਕ ਵੱਲ ਸਾਈਡ ਤੋਂ ਸੀਗਾ ਸਰ ਨਾ। ਨਹੀਂ ਉਹ ਫਿਰ ਜਦੋਂ ਹੁੱਲੜਬਾਜ਼ੀ ਕਰਨਗੇ ਤਾਂ ਫਿਰ ਆਪਾਂ ਕੋਈ ਨਾ ਕੋਈ ਐਕਸ਼ਨ ਤਾਂ ਕਰਾਂਗੇ ਨਾ ਮਾਈਲਡ, ਅਦਰਵਾਈਜ਼ ਜ਼ਿਆਦਾ ਨੁਕਸਾਨ ਹੋ ਜਾਂਦਾ। ਵੇਖੋ ਸਿੱਧੂ ਮੂਸੇਵਾਲਾ ਤਾਂ ਉਹਦਾ ਤਾਂ ਕੰਟਰੋਵਰਸ਼ੀਅਲ ਹੈ ਨਾ, ਉਹਦੇ 'ਤੇ ਉਹਨਾਂ 'ਤੇ FIR ਵੀ ਲੌਜ ਆ, ਇਹਦੇ ਹਾਈਕੋਰਟ ਵੱਲੋਂ ਵੀ ਉਹਦੇ ਖਿਲਾਫ਼ ਜਿਹੜੀ ਰਿਟ ਵਗੈਰਾ ਪਾਈ ਹੈ, ਮੇਰੇ ਖਿਆਲ ਉਹਦੇ ਲੁੱਕਆਊਟ ਨੋਟਿਸ ਵੀ ਉਹਦਾ ਜਾਰੀ ਹੋਇਆ ਸੀਗਾ। ਇਹਦਾ ਉਹਦੇ ਜਥੇਬੰਦੀਆਂ ਨੇ ਜਿਹੜਾ ਬੜਾ ਵਿਰੋਧ ਕੀਤਾ ਸੀ, ਸਿੱਖ ਜਥੇਬੰਦੀਆਂ ਨੇ, ਹੋਰ ਨਾ ਸਾਰਿਆਂ ਨੇ, ਉਹਨਾਂ ਨੇ ਕਹਿ ਕੇ ਅਤੇ ਫਿਰ ਜਿਹੜੀ ਇੰਪਰੂਵਮੈਂਟ ਟਰੱਸਟ ਨੇ ਜਿਹੜੀ ਉਹਨਾਂ ਨੂੰ ਪਰਮਿਸ਼ਨ ਦਿੱਤੀ, ਉਹ ਉਹਨਾਂ ਨੇ ਵਿਦਡਰਾ ਕਰ ਲਈ ਸੀਗੀ, ਤਾਂ ਜਿਹੜਾ ਉਹਦਾ ਕੈਂਸਲ ਹੋਇਆ ਵੀ ਇਹ ਪਬਲਿਕ ਹੈਲਥ ਲਈ ਜਿਹੜਾ ਠੀਕ ਨਹੀਂ ਆ। ਪਰ ਦੇਖਣ ਚ ਆਉਂਦਾ ਹੈ ਕਿ ਬੱਬੂ ਮਾਨ ਦੇ ਸ਼ੋਅ 'ਚ ਵੀ ਅਕਸਰ ਇਸੇ ਤਰ੍ਹਾਂ ਦੇ ਹੀ ਚੱਲਦੇ। ਵੇਖੋ ਬੱਬੂ ਮਾਨ ਦਾ ਕੋਈ ਕੰਟਰੋਵਰਸ਼ੀਅਲ ਨਹੀਂ ਆਉਂਦਾ ਕੋਈ ਕਿਤੇ, ਮੇਰੇ ਖਿਆਲ ਠੀਕ ਹੈ ਇਹਦਾ, ਜਿੱਦਾਂ ਕੋਈ ਕਿਸੇ ਪਾਸਿਓਂ ਸਾਨੂੰ ਰਿਜੈਂਟਮੈਂਟ ਆਈ ਨਹੀਂ, ਨਹੀਂ ਤਾਂ ਅਸੀਂ ਇਸ ਪੁਆਇੰਟ ਆਫ ਵਿਊ ਨਾਲ ਵੀ ਵੇਖ ਲੈਂਦੇ। ਪੰਜਾਬੀ ਅਖਾੜਿਆਂ ਤੇ ਲਾਈਵ ਸ਼ੋਅਸ ਦੌਰਾਨ ਅਕਸਰ ਹੀ ਆਡੀਅੰਸ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਜਿਸ ਤੇ ਆਡੀਅੰਸ ਨੂੰ ਸਖਤ ਧਿਆਨ ਦੇਣ ਦੀ ਲੋੜ ਹੈ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।